ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਤੁਸੀਂ ਹਰਿਮੰਦਰ ਸਾਹਿਬ ਜਾਂਦੇ ਹੋ? ਅਗਰ ਜਾਂਦੇ ਹੋ ਤਾਂ ਉੱਥੇ ਅੰਮ੍ਰਿਤਸਰ ਏਅਰਪੋਰਟ ਦਾ ਨਾਮ ਗੁਰੂ ਰਾਮਦਾਸ ਏਅਰਪੋਰਟ ਹੈ, ਜੋ ਪਹਿਲਾਂ ਰਾਜਾ ਸਾਂਸੀ ਏਅਰਪੋਰਟ ਹੁੰਦਾ ਸੀ। ਇਹ ਇਸ ਲਈ ਹੁੰਦਾ ਸੀ ਕਿਉਂਕਿ ਉਸਦਾ ਜਗ੍ਹਾ ਦਾ ਨਾਮ ਸੀ। ਇਹ ਬਾਅਦ ਵਿੱਚ ਬਦਲ ਕੇ ਗੁਰੂ ਰਾਮਦਾਸ ਏਅਰਪੋਰਟ ਕਰ ਦਿੱਤਾ ਗਿਆ। ਇਸ ਦੀ ਖਾਸੀਅਤ ਪਤਾ ਕੀ ਹੈ ਜੋ ਦੁਨੀਆ ਵਿੱਚ ਸਭ ਤੋਂ ਅਨੋਖਾ ਬਣਾਉਂਦਾ ਇਸ ਨੂੰ? ਇਹ ਪਹਿਲਾ ਐਸਾ ਏਅਰਪੋਰਟ ਹੈ ਜਿਸ 'ਤੇ ਰਨਵੇ 'ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਹ ਸਵੇਰੇ 6 ਤੋਂ 8 ਵਜੇ ਤੱਕ ਖੁੱਲ੍ਹਦਾ ਹੈ। ਉਸ ਸਮੇਂ ਸੰਗਤਾਂ ਇਸ 'ਤੇ ਦਰਸ਼ਨ ਕਰ ਸਕਦੀਆਂ ਨੇ। ਇਹ ਗੁਰਦੁਆਰਾ ਇੱਕ ਸੰਤ ਜੀ ਦੇ ਇੱਥੇ ਤਪ ਕਰਨ 'ਤੇ ਬਣਿਆ ਸੀ। ਅਤੇ ਇਸ ਸੰਬੰਧੀ ਪਾਇਲਟ ਨੇ ਕੰਪਲੇਨ ਵੀ ਕੀਤੀਆਂ ਕਿ ਸੰਗਤ ਜਦੋਂ ਦਰਸ਼ਨ ਕਰਨ ਆਉਂਦੀ ਹੈ ਤਾਂ ਅਸੀਂ ਪਲੇਨ ਨੀਚੇ ਨਹੀਂ ਉਤਾਰ ਸਕਦੇ, ਸਾਨੂੰ ਕਿੰਨਾ ਕਿੰਨਾ ਸਮਾਂ ਉੱਪਰ ਹੀ ਘੁੰਮਣਾ ਪੈਂਦਾ। ਇਸ ਨੂੰ ਬੰਦ ਕੀਤਾ ਜਾਵੇ, ਸਾਨੂੰ ਬਹੁਤ ਇੱਥੋਂ ਤੰਗੀ ਹੁੰਦੀ ਹੈ। ਫਿਰ ਇਹ ਗੁਰਦੁਆਰੇ ਉੱਤੇ ਇੱਕ ਮੀਟਿੰਗ ਬੈਠੀ ਅਤੇ ਗੌਰਮੈਂਟ ਨੇ ਗੁਰਦੁਆਰੇ ਨੂੰ ਇੱਕ ਨੋਟਿਸ ਭੇਜ ਦਿੱਤਾ ਅਤੇ ਗੁਰਦੁਆਰਾ ਬੰਦ ਕਰ ਦਿੱਤਾ ਗਿਆ। ਗੁਰਦੁਆਰੇ ਨੂੰ ਜਿੰਦਰਾ ਲਾ ਦਿੱਤਾ ਗਿਆ। ਅਤੇ ਫਿਰ ਇਸ ਤੋਂ ਬਾਅਦ ਜੋ ਵੀ ਪਲੇਨ ਇੱਥੇ ਆਉਂਦਾ, ਉਹ ਜਦੋਂ ਇੱਥੇ ਆ ਕੇ ਨੀਚੇ ਆਪਣਾ ਉਤਰਨ ਦੀ ਕੋਸ਼ਿਸ਼ ਕਰਦਾ ਤਾਂ ਉਸਨੂੰ ਨੀਚੇ ਕੁਛ ਵੀ ਦਿਖਾਈ ਨਾ ਦਿੰਦਾ। ਮੌਸਮ ਵੀ ਸਾਫ਼ ਹੁੰਦਾ, ਸੂਰਜ ਵੀ ਚੰਗੀ ਤਰ੍ਹਾਂ ਨਿਕਲਿਆ ਹੁੰਦਾ, ਪਿੱਛੋਂ ਉਹਨਾਂ ਨੂੰ ਸਭ ਕੁਛ ਦਿਖਾਈ ਦਿੰਦਾ। ਪਰ ਜਦੋਂ ਉਹ ਇੱਥੇ ਆ ਜਾਂਦੇ, ਉਹਨਾਂ ਨੂੰ ਕੁਛ ਦਿਖਾਈ ਨਾ ਦਿੰਦਾ। ਜੋ ਰਡਾਰ ਸੀ ਉਹ ਥੱਲੇ ਕੁਛ ਨਾ ਦਿਖਾਉਂਦਾ। ਪਲੇਨ ਦਾ ਸਿਸਟਮ ਵੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਸੀ, ਪਰ ਫਿਰ ਵੀ ਉਹਨਾਂ ਨੂੰ ਥੱਲੇ ਕੁਛ ਨਹੀਂ ਸੀ ਦਿਖਾਈ ਦਿੰਦਾ। ਉਹ ਸਭ ਹੈਰਾਨ ਸਨ, ਸ਼ਾਇਦ ਇੱਕ ਨਾਲ ਹੋਇਆ ਹੋਏ। ਫਿਰ 2-3 ਜਿੰਨੇ ਵੀ ਉੱਥੇ ਆਉਂਦੇ ਸੀ ਪਾਇਲਟ, ਜਦੋਂ ਲੈਂਡਿੰਗ ਕਰਨ ਲੱਗਦੇ ਤਾਂ ਉਹਨਾਂ ਨੂੰ ਥੱਲੇ ਕੁਛ ਵੀ ਦਿਖਾਈ ਨਹੀਂ ਸੀ ਦਿੰਦਾ। ਅਤੇ ਮੌਸਮ ਵੀ ਬੜਾ ਸਾਫ਼ ਸੁਥਰਾ ਸੀ, ਪਲੇਨ ਦਾ ਕੋਈ ਵੀ ਪੁਰਜਾ ਖਰਾਬ ਨਹੀਂ ਸੀ, ਸਭ ਚੰਗੀ ਤਰ੍ਹਾਂ ਕੰਮ ਕਰ ਰਹੀ ਸੀ। ਫਿਰ ਪਲੇਨ ਸਾਰੇ ਵਾਪਸ ਚਲੇ ਗਏ ਅਤੇ ਦੁਬਾਰਾ ਇੱਕ ਗੌਰਮੈਂਟ ਦੇ ਅਦਾਰਿਆਂ ਨੇ ਮੀਟਿੰਗ ਬਿਠਾਈ। ਉਹਨਾਂ ਵਿੱਚੋਂ ਇੱਕ ਨੇ ਦੱਸਿਆ ਕਿ ਸਾਡੇ ਤੋਂ ਗਲਤੀ ਹੋ ਗਈ ਹੈ, ਅਸੀਂ ਗੁਰਦੁਆਰੇ ਨੇ ਜਿੰਦਰਾ ਲਾਇਆ ਹੈ, ਉੱਥੇ ਇੱਕ ਸੰਤ ਨੇ ਤਪ ਕੀਤਾ ਸੀ ਜਿਸ ਸਥਾਨ 'ਤੇ ਅੱਜ ਗੁਰਦੁਆਰਾ ਹੈ। ਅਤੇ ਫਿਰ ਅੰਤ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇੱਕ ਸਮਾਂ ਨਿਸ਼ਚਿਤ ਕਰਦੇ ਹਾਂ, ਉਸ ਸਮੇਂ ਗੁਰਦੁਆਰਾ ਖੋਲ੍ਹ ਦਿਆ ਕਰਾਂਗੇ ਅਤੇ ਸੰਗਤ ਉੱਥੇ ਆ ਕੇ ਦਰਸ਼ਨ ਕਰ ਸਕੇਗੀ ਅਤੇ ਬਾਅਦ ਵਿੱਚ ਫਲਾਈਟਸ ਆ ਅਤੇ ਜਾ ਸਕਣਗੀਆਂ। ਜਦੋਂ ਦਰਸ਼ਨ ਕਰ ਲੈਣਗੇ ਉਸ ਤੋਂ ਬਾਅਦ ਹੀ ਫਲਾਈਟਸ ਦਾ ਸਮਾਂ ਬਣਾਂਗੇ। ਰਨਵੇ 'ਤੇ ਗੁਰਦੁਆਰਾ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਦੇਖੋ ਨਾਮ ਦੀ ਤਾਕਤ, ਜਿਉਂਦੇ ਜੀ ਨਾਮ ਤੱਤੀ ਹਵਾ ਨਹੀਂ ਲੱਗਣ ਦਿੰਦਾ ਅਤੇ ਅਕਾਲ ਚਲਾਣੇ ਕਰਨ ਤੋਂ ਬਾਅਦ ਵੀ ਰੱਬ ਕੁਝ ਗਲਤ ਨਹੀਂ ਹੋਣ ਦਿੰਦਾ। ਵਾਹਿਗੁਰੂ। ਰਾਜਾ ਸਾਂਸੀ ਹਵਾਈ ਅੱਡਾ, ਉੱਥੇ ਤੁਸੀਂ ਜਦੋਂ ਵੀ ਜਾਓ ਤਾਂ ਦੇਖ ਕੇ ਆਉਣਾ। ਅਤੇ ਫਲਾਈਟ ਦਾ ਸਮਾਂ ਹਜੇ ਵੀ ਸੰਗਤਾਂ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਬਦਲ ਦਿੱਤਾ ਜਾਂਦਾ ਹੈ। ਇਹ ਸੰਗਤਾਂ ਦੇ ਦਰਸ਼ਨ ਦੇ ਕਰਨ ਦੇ ਬਾਅਦ ਹੀ ਤਬਦੀਲੀ ਕੀਤੀ ਜਾਂਦੀ ਹੈ। ਇਹ ਹੈ ਗੁਰੂ ਦੀ ਸ਼ਕਤੀ, ਇਹ ਹੈ ਨਾਮ ਦੀ ਸ਼ਕਤੀ। ਇਸ ਕਰਕੇ ਨਾਮ ਜਪਿਆ ਕਰੋ, ਰੋਜ਼ ਜਪਿਆ ਕਰੋ, ਚਾਹੇ ਥੋੜ੍ਹਾ ਹੀ ਜਪਿਆ ਕਰੋ। ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਘੰਟੇ ਦਾ ਟਾਈਮ ਹੈ ਤਾਂ ਹੀ ਤੁਸੀਂ ਜਪੋਗੇ। ਜਿੰਨਾ ਕੁ ਵੀ ਤੁਹਾਡੇ ਕੋਲ ਟਾਈਮ ਹੈ ਓਨਾ ਹੀ ਨਾਮ ਜਪ ਲਓ। ਵਾਹਿਗੁਰੂ।